ਸਤਿ ਸ਼੍ਰੀ ਅਕਾਲ ਭਤੀਜ, ਕੀ ਹਾਲ ਤੇਰਾ? ਸਤਿ ਸ਼੍ਰੀ ਅਕਾਲ ਚਾਚਾ ਜੀ, ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ ਕੀ ਹਾਲ ਚਾਲ ਨੇ? ਬਸ ਚੜ੍ਹਦੀ ਕਲਾ ਹੀ ਚਾਹੀਦੀ ਆ। ਬਾਕੀ ਤਾਂ ਭਤੀਜ, ਜਿੱਥੇ ਗੱਲ ਕਰੀ ਦੀ ਆ ਨਾ, ਜਿਹੜੇ ਗੁਰੂ ਦੇ ਪਿਆਰੇ, ਉਹ ਚੜ੍ਹਦੀ ਕਲਾ ਗੱਲ ਕਰਦੀ ਆ। ਬਾਕੀ ਸਭ ਢਹਿੰਦੀ ਕਲਾ ਹੀ। ਇੱਕ ਹਾਲਾਤ ਹੀ ਇੱਦਾਂ ਦੇ ਬਣੇ ਆ, ਇੱਕ ਆ ਕਰੋਨਾ ਵਾਇਰਸ ਦਾ ਜ਼ੋਰ ਫੜਿਆ ਹੀ, ਅਤੇ ਇੱਕ ਕੱਲ੍ਹ ਦਾ ਜਿਹੜਾ ਬੈਂਕ ਨੇ ਲੋਕਾਂ ਨੂੰ ਜੀਣਾ ਮੁਹਾਲ ਕੀਤਾ ਵਾ। ਇਹ ਸਾਰਾ ਕੁਝ ਚੱਲਣ ਦਿਆ ਜੀ, ਰੌਲੇ ਰੱਪੇ 'ਚ ਹੀ ਆ ਕੰਮ। ਹਾਂ, ਇਹ ਤਾਂ ਚਾਚਾ ਜੀ ਸਹੀ ਹੈ ਜੀ। ਅੱਜ ਨਾ ਕਿਸੇ ਸੱਜਣ ਨਾਲ ਗੱਲ ਹੋਣ ਡਈ, ਉਹਨਾਂ ਦਾ ਫੋਨ ਆਇਆ, ਕਹਿੰਦੇ ਕੀ ਹਾਲ? ਮੈਂ ਕਿਹਾ ਚੜ੍ਹਦੀ ਕਲਾ? ਕਹਿੰਦੇ ਭਾਅ ਜੀ, ਅਜੇ ਵੀ ਚੜ੍ਹਦੀ ਕਲਾ? ਮੈਂ ਕਿਹਾ ਚੜ੍ਹਦੀ ਕਲਾ? ਕਹਿੰਦੇ ਉੱਧਰੋਂ ਕਰੋਨਾ ਥੱਕੀ ਆਉਂਦੀ, ਉੱਧਰੋਂ ਯੈਸ ਬੈਂਕ ਫੇਲ ਹੋ ਗਿਆ, ਪਹਿਲਾਂ ਪਿਛਲੀ ਵਾਰੀ ਪੰਜਾਬ ਮਹਾਰਾਸ਼ਟਰਾ ਬੈਂਕ ਫੇਲ ਹੋਇਆ, ਕਦੀ ਕੋਈ ਡੁੱਬ ਜਾਂਦਾ, ਕਦੀ ਕੋਈ ਡੁੱਬ ਜਾਂਦਾ। ਤੁਸੀਂ ਚੜ੍ਹਦੀ ਕਲਾ ਜੀ ਰਹਿੰਦੇ ਹੋ, ਇਹ ਵਧੀਆ ਗੱਲ ਲੱਗਦੀ ਹੈ। ਅਤੇ ਇਹ ਤਾਂ ਵਾਕਈ ਹੈ ਜੀ, ਚੜ੍ਹਦੀ ਕਲਾ ਦੇ ਵਾਹਿਗੁਰੂ ਜੀ ਨੇ ਆਪਾਂ ਨੂੰ, ਗੁਰੂ ਸਾਹਿਬ ਨੇ ਚੰਗਾ ਸ਼ਬਦ ਦਿੱਤਾ ਜੀ। ਲੰਗਰ ਖਤਮ ਹੋ ਜਾਵੇ ਤਾਂ ਆਪਾਂ ਕਹਿੰਦੇ ਲੰਗਰ ਮਸਤਾਨਾ ਹੋ ਗਿਆ, ਪਰ ਕਦੀ ਇਹ ਨਹੀਂ ਕਹਿੰਦੇ ਮੁੱਕ ਗਿਆ। ਵੀ ਸ਼ੁੱਡ ਹੋਪ ਫੋਰ ਦਾ ਬੈਸਟ। ਤੋ ਸੇਮ ਇਜ਼ ਸਹੀ ਗੱਲ ਹੈ ਭਤੀਜ। ਚਲੋ ਮਹਾਰਾਜ ਦਾ ਤਾਂ ਸ਼ੁਕਰੀ ਕਰਨਾ ਭਤੀਜ। ਇੱਕ ਤਾਂ ਗੱਲ ਹੈ ਵੀ ਆ, ਕਰੋਨਾ ਵਾਇਰਸ ਨੇ ਬਹੁਤ ਸਾਰੇ ਬਿਜ਼ਨਸ ਜਿਹੜੇ ਆ ਉਹ ਡਬੋਤੇ ਆ। ਆ ਖਾਸ ਕਰਕੇ ਪੋਲਟਰੀ ਨਾਲ ਰਿਲੇਟਡ ਜਿੰਨੇ ਹੀ ਜਾਂ ਫਾਰਮਰ ਭਰਾ, ਛੋਟੇ ਛੋਟੇ ਜਿਹੜੇ ਪਿੰਡਾਂ ਦੇ ਵਿੱਚ ਕਿਸਾਨ ਆ ਨਾ, ਉਹ ਬਹੁਤ ਪ੍ਰਭਾਵਿਤ ਹੁੰਦੇ, ਕਿਉਂਕਿ ਬੇਰੁਜ਼ਗਾਰ ਜਿਹੜੇ ਲੋਕ ਨੌਜਵਾਨ ਹੀ, ਉਹਨਾਂ ਨੇ ਪੋਲਟਰੀ ਦਾ ਬਿਜ਼ਨਸ ਖੋਲ੍ਹਿਆ ਸੀ, ਅਤੇ ਉਹ ਵਿਚਾਰਿਆਂ ਨੂੰ ਬੜੇ ਲੰਬੇ ਘਾਟੇ ਪੈਂਦੇ ਆ। ਲੇਕਿਨ ਚਲੋ ਅੱਜ ਆਪਾਂ ਗੱਲ ਕਰਨੀ ਆ ਕਿ ਜਿਹੜੀ ਇਹ ਤਾਂ ਇੱਕ ਵਰਗ ਨੂੰ ਆ, ਲੇਕਿਨ ਜਿਹੜੀ ਖੂਨ ਪਸੀਨੇ ਦੀ ਮੁਸ਼ਕਤਾਂ ਅਤੇ ਘਾਲਾਂ ਕਰਕੇ ਲੋਕ ਇੱਕ ਪਾਈ ਪਾਈ ਜੋੜ ਕੇ ਅਤੇ ਆਪਣੀ ਬੈਂਕ 'ਚ ਪਾਉਂਦੇ ਆ, ਅਤੇ ਇਹ ਪ੍ਰਾਈਵੇਟ ਬੈਂਕਾਂ ਦੇ ਸਹਾਰੇ ਲੈਣੇ ਪੈਂਦੇ ਆ। ਇਹ ਤੈਨੂੰ ਮੈਂ ਪੁੱਛਣਾ, ਅਤੇ ਇਹ ਜਦੋਂ ਬੈਂਕ ਇੱਦਾਂ ਝਗਾ ਚੁੱਕ ਕੇ ਦਿਖਾ ਜਾਂਦੇ ਤਾਂ ਉਦੋਂ ਕੀ ਬਣਦਾ ਹੈ? ਵਾਹ ਜੀ ਵਾਹ ਚਾਚਾ ਜੀ, ਗੱਲ ਇੱਦਾਂ ਵਾ ਵੀ ਜਦੋਂ ਨਾ ਤੁਸੀਂ ਬੈਂਕ 'ਚ ਅਕਾਊਂਟ ਖੁਲਾਉਣ ਜਾਂਦੇ ਹੋ, ਅਤੇ ਉਹ KYC ਆਪਾਂ ਨੂੰ ਕਰਨੀ ਪੈਂਦੀ ਆ, ਨੋ ਯੂਅਰ ਕਸਟਮਰ ਜੀ। ਅੱਜ ਤੱਕ ਤਾਂ ਆਪਾਂ KYC ਕਰਦੇ ਰਹੇ, ਅਤੇ ਨੋ ਯੂਅਰ ਬੈਂਕ ਤਾਂ ਕਦੀ ਹੋਇਆ ਹੀ ਨਹੀਂ। KYB ਹੋਣਾ ਚਾਹੀਦਾ ਹੈ ਕਿ ਇਹ ਬੈਂਕ ਦੇ ਪੱਲੇ ਕੀ ਆ, ਸਰਕਾਰ ਦੀ ਕੀ ਜ਼ਿੰਮੇਵਾਰੀ ਆ ਜੀ। ਉਲਟੀ ਵਾਰ ਖੇਤ ਨੂੰ ਕਹੇ ਜੀ, ਜਦੋਂ ਆਰਬੀਟਰ ਜਿਹੜਾ ਹੈ ਉਹ ਸਰਕਾਰ ਹੈ, ਸਰਕਾਰ ਦੀ ਹਰ ਨਾਗਰਿਕ ਪ੍ਰਤੀ ਕੋਈ ਜ਼ਿੰਮੇਵਾਰੀ ਹੈ ਜਿਹੜੀ, ਜਿਸ ਤੋਂ ਸਰਕਾਰਾਂ ਭੱਜ ਹੀ ਗਈਆਂ। ਸਹੀ ਗੱਲ ਭਤੀਜ। ਲੋਕਾਂ ਨੂੰ ਨਾ ਤਾਂ ਦੇਖ ਰੁਜ਼ਗਾਰ ਦੇਣ ਦੀਆਂ, ਨਾ ਲੋਕਾਂ ਨੂੰ ਸਰਕਾਰਾਂ ਵਿੱਦਿਆ ਦੇ ਰਹੀਆਂ, ਨਾ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਰਹੀਆਂ। ਅਤੇ ਜੇ ਲੋਕ ਆਪਣੀ ਹੱਕ ਹਲਾਲ ਦੀ ਕਮਾਈ ਨੂੰ ਇਹਨਾਂ ਦੇ ਭਰੋਸੇ ਦੇ ਉੱਤੇ, ਕਿਉਂਕਿ ਉਹ ਕਹਿੰਦੇ ਜੀ RBI ਦੇ ਅੰਡਰ ਹੀ ਆ ਸਾਰੇ ਬੈਂਕ, ਅਤੇ ਉਹ ਆਪਣੇ ਖੂਨ ਪਸੀਨੇ ਦੀ ਕਮਾਈ ਜਿਹੜੀ ਆ, ਉਹਨਾਂ ਨੂੰ ਕਿਸੇ ਨੂੰ ਲੱਗਦਾ ਕਿ ਮੇਰੇ ਧੀ ਪੁੱਤ ਦੇ ਵਿਆਹ ਦੇ ਕੰਮ ਆਏਗੀ, ਕਿਸੇ ਨੂੰ ਲੱਗਦਾ ਕਿ ਜੇ ਕਿਤੇ ਰੱਬ ਨਾ ਕਰੇ ਕੋਈ ਬਿਮਾਰੀ ਸ਼ਮਾਰੀ ਹੋ ਜਾਵੇ ਤਾਂ ਉੱਥੇ ਕੰਮ ਆਊਗੀ, ਕਿਸੇ ਨੂੰ ਲੱਗਦਾ ਕਿ ਮੇਰੀ ਬੁਢਾਪੇ ਦੀ ਇਹ ਡੰਗੋਰੀ ਬਣੂਗੀ, ਮੇਰੀ ਇਹ ਬੂੰਦ ਬੂੰਦ ਜਿਹੜੀ ਮੈਂ ਜੋੜਨ ਦਿਆਂ। ਅਤੇ ਜਦੋਂ ਇਹੋ ਜਿਹਾ ਮੌਕਾ ਆਉਂਦਾ ਬੰਦੇ, ਤਾਂ ਮੈਨੂੰ ਲੱਗਦਾ ਨੀਮ ਪਾਗਲ ਹੋਏ ਫਿਰਦੇ ਆ। ਚਾਚਾ ਜੀ ਦੋ ਤਰ੍ਹਾਂ ਦੇ ਸੱਜਣਾਂ ਦੇ ਸਿਰ 'ਤੇ ਨਾ ਜੀ ਬੈਂਕਿੰਗ ਚੱਲਦੀ ਹੈ, ਨਾਗਰਿਕਾਂ ਸਿਰ 'ਤੇ ਕਹਿ ਲਓ। ਇੱਕ ਹੈਗੇ ਆ ਜਿਹੜੇ ਬੈਂਕਾਂ 'ਚ ਪੈਸਾ ਜਮ੍ਹਾਂ ਕਰਾਉਂਦੇ ਆ, ਅਤੇ ਇੱਕ ਜਿਹੜੇ ਬੈਂਕਾਂ ਤੋਂ ਲੋਨ ਲੈਂਦੇ ਆ। ਜਿਹੜੇ ਪੈਸੇ ਜਮ੍ਹਾਂ ਕਰਾਉਂਦੇ ਆ ਉਹ ਇਸ ਆਸ ਨਾਲ ਕਰਾਉਂਦੇ ਆ ਆਪਣੇ ਖੂਨ ਪਸੀਨੇ ਦੀ ਕਮਾਈ। ਦੇਖੋ, ਕਾਲਾ ਧਨ ਤਾਂ ਕੋਈ ਜਮ੍ਹਾਂ ਨਹੀਂ ਕਰਾ ਸਕਦਾ, ਬਿਲਕੁਲ। ਅਤੇ ਜਮ੍ਹਾਂ ਕਿਹੜਾ ਹੁੰਦਾ? ਜਮ੍ਹਾਂ ਉਹ ਹੁੰਦਾ ਹੈ ਜਿਹੜਾ ਹੱਡਾਂ 'ਚੋਂ ਨਿਕਲਿਆ ਹੁੰਦਾ। ਤੁਹਾਡੀ ਮੇਰੀ ਗੱਲ ਵੱਖਰੀ, ਆਪਣੇ ਤਾਂ ਸੇਵਿੰਗ ਅਕਾਊਂਟ ਹੀ ਹੈ ਨਹੀਂ, ਕਿਉਂਕਿ ਆਪਾਂ ਤਾਂ ਹਮੇਸ਼ਾ ਉਹੀ ਬਸ ਆਪਾਂ ਦੇ ਕਰਜ਼ਾ ਹੀ ਰਹੇ ਨਾ ਹਮੇਸ਼ਾ ਜੀ, ਅਤੇ ਜੋ ਜੰਮੇ ਬੋਧੀਓ ਲੰਮੇ, ਬੋਧੀਓ ਲੰਮੇ। ਆਪਾਂ ਚਲੋ ਚੰਗੇ ਲੇਖੇ ਲਾਇਆ, ਆਪਣੇ ਕਾਰੋਬਾਰ ਚਲਾਇਆ, ਰੱਬ ਨੇ ਢੋਟ ਘਾਇਆ, ਆਪਾਂ ਨੂੰ ਵੀ ਰੋਟੀ ਦਿੰਦਾ, ਆਪਣੇ ਨਾਲ ਜਿਹੜੇ ਲੱਗੇ ਆ 100-200-300 ਬੰਦਾ, ਉਹਨਾਂ ਨੂੰ ਵੀ ਰੋਟੀ ਦਿੰਦਾ। ਪਰ ਆਮ ਬੰਦਾ ਜਿਹੜਾ ਨੌਕਰੀ ਪੇਸ਼ਾ ਹੈ ਜਾਂ ਜਿਹਨੇ ਆਪਣੀ ਸਾਰੀ ਉਮਰ ਦੀ ਮਿਹਨਤ ਕੀਤੀ ਹੈ, ਉਹ ਆਪਣਾ ਮਤਲਬ ਸਮਝੋ ਵੀ ਆਪ ਕਿਸਾਂ ਕਰਕੇ ਜਮ੍ਹਾਂ ਕਰਾਉਂਦਾ ਬੈਂਕ 'ਚ, ਅਤੇ ਵੱਡੇ ਵੱਡੇ ਬੋਰਡ ਲਾਏ ਸੀ ਯੈਸ ਬੈਂਕ ਵਾਲਿਆਂ ਵੀ ਮੈਕਸੀਮਮ ਰੇਟ ਆਫ ਇੰਟਰਸਟ ਔਨ ਸੇਵਿੰਗ ਅਕਾਊਂਟ 6.5%, 7%। ਉਹ ਜਦੋਂ ਲਾਏ ਹੀ ਤਾਂ ਸਰਕਾਰਾਂ ਅੰਨੀਆਂ ਸੀ, ਸਰਕਾਰਾਂ ਨੂੰ ਹੀ ਪਤਾ ਜੇ ਬਾਕੀ ਬੈਂਕ ਸੇਵਿੰਗ 'ਤੇ 4% ਦੇਣ ਡਏ ਆ ਜਾਂ 3.5% ਦੇਣ ਡਏ ਆ, ਅਤੇ ਉਹ 6.5% ਕਿੱਦਾਂ ਦੇਣ ਡਿਆ ਜੀ? ਉਦੋਂ ਕੋਈ ਇਹਨਾਂ ਦਾ ਚਲਾਨ ਕੱਟਣ ਵਾਲਾ ਨਹੀਂ। ਜੇ ਤੁਸੀਂ ਘਰ RC ਲਾਇਸੈਂਸ ਭੁੱਲ ਜਾਓ ਤਾਂ ਤੁਹਾਡਾ, ਤੁਸੀਂ ਬਾਹਰੋਂ ਚਲਾਨ ਕੱਟ ਕੇ ਆਉਂਦੇ ਹੋ, ਕਟਾ ਕੇ ਆਉਂਦੇ ਹੋ ਆਪਣੇ ਘਰ,
ਅਤੇ ਇਹਨਾਂ ਦਾ ਕੋਈ ਚਲਾਨ ਕੱਟਣ ਵਾਲਾ ਨਹੀਂ ਜੀ। ਬਿਲਕੁਲ ਸਹੀ ਗੱਲ ਭਤੀਜ, ਲੋਕਾਂ ਨੂੰ ਫਸਾਉਣ ਲਈ ਇਹ ਚਾਹੇ ਪ੍ਰਾਈਵੇਟ ਬੈਂਕ ਨੇ ਚਾਹੇ ਪ੍ਰਾਈਵੇਟ ਕੰਪਨੀਆਂ ਨੇ, ਉਹਨਾਂ ਨੇ ਖੁੱਲ੍ਹੇਆਮ ਸ਼ਰੇਆਮ ਸਭ ਕੁਝ ਕਰਦੀ ਆ ਸਰਕਾਰ ਆ ਮੂਕ ਦਰਸ਼ਨ ਬਣ ਕੇ, ਅਤੇ ਉਹਨਾਂ ਨੂੰ ਵੇਹਦੀਆਂ ਰਹਿੰਦੀਆਂ ਜੀ। ਅਤੇ ਆਮ ਪਬਲਿਕ ਨੂੰ ਤੇਰੀ ਗੱਲ ਸਹੀ ਆ, ਉਹਨੂੰ ਇੱਕ ਲਾਇਸੈਂਸ ਤੋਂ ਵੀ ਰਾਸ ਕਰਨਾ, ਇਹ ਲੋਕਾਂ ਦੇ ਕਰੋੜਾਂ ਹੀ ਹੱਪ ਜਾਂਦੇ। ਕੋਈ ਕਹਿੰਦਾ ਮੈਂ ਡਬਲ ਕਰ ਰਿਹਾ, ਕੋਈ ਚਿੱਟ ਫੰਡ ਕੰਪਨੀ ਆ ਜਾਂਦੀ ਆ, ਕਦੀ ਕੋਈ ਕੰਪਨੀ ਆ ਜਾਂਦੀ ਆ, ਅਤੇ ਹੁਣ ਜਦੋਂ ਬੈਂਕਾਂ 'ਤੇ ਭਰੋਸੇਯੋਗਤਾ ਉੱਠ ਜੂ, ਬੰਦਾ ਕਰੂ ਤਾਂ ਕਰੂਗੀ। ਚਾਚਾ ਜੀ ਉਹੀ ਮੈਂ ਤੁਹਾਨੂੰ ਦੱਸਣ ਡਿਆ ਜੀ, ਬੇਸਿਕਲੀ ਕੀ ਆ ਕਿ ਇਹ ਕੀ ਆ, ਲਿਮਿਟਡ ਫਰਮਸ ਨੇ ਜਿੰਨੇ ਬੈਂਕ ਨੇ ਨਾ ਜੀ, HDFC ਲਿਮਿਟਡ, ਐਕਸਿਸ ਬੈਂਕ ਲਿਮਿਟਡ, ICICI ਬੈਂਕ ਲਿਮਿਟਡ, ਇਹ ਕਿਉਂ ਪਣਪੇ ਨੇ? ਇਹ ਨਲਾਇਕੀਆਂ ਸਰਕਾਰੀ ਬੈਂਕਾਂ ਦੀਆਂ ਜਾਂ ਸਰਕਾਰੀ ਬੈਂਕਰਸ ਜਾਂ ਸਰਕਾਰੀ ਇੰਪਲੋਈਜ਼ ਦੀਆਂ ਨਲਾਇਕੀਆਂ ਨੇ ਕਿ ਇਹ ਪਣਪੇ ਨੇ? ਨਹੀਂ ਤਾਂ ਇਹਨਾਂ ਕੋਲ ਕਿਹੜੀ ਜਾਦੂ ਦੀ ਛੜੀ ਹੈ ਜੀ? ਸਰਕਾਰ ਦੀਆਂ ਨਲਾਇਕੀਆਂ ਨੇ। ਸਰਕਾਰ ਹੌਲੀ ਹੌਲੀ ਚਾਹੁੰਦੀ ਹੈ ਕਿ ਸਾਰਾ ਕੁਝ ਇਹ ਪ੍ਰਾਈਵੇਟ ਵਾਲਿਆਂ ਨੂੰ ਦੇ ਦਿੱਤਾ ਜਾਵੇ, ਅਤੇ ਉਹ ਆਪਣੇ ਤਰੀਕੇ ਨਾਲ ਇਹਨੂੰ ਯੂਜ਼ ਜਾਂ ਮਿਸਯੂਜ਼ ਕਰਨ, ਅਤੇ ਜਦੋਂ ਜੀ ਕਰੇ, ਜਦੋਂ ਉਹਨਾਂ ਨੂੰ ਲੱਗੇ ਕਿ ਇਹਦੇ ਵਿੱਚੋਂ ਸਾਰਾ ਸ਼ਹਿਦ ਇਸ ਛੱਤੇ 'ਚੋਂ ਚੂਸ ਲਿਆ ਗਿਆ ਹੈ, ਅਤੇ ਉਹ ਉਡਾਰੀ ਮਾਰ ਕੇ ਚਾਹੇ ਵਿਦੇਸ਼ ਦੀ ਚਾਹੇ ਇੰਡੀਆ ਦੀ ਫੁਰ ਹੋ ਜਾਣ, ਅਤੇ ਕੋਈ ਕਾਨੂੰਨ ਵੀ ਉਹਨਾਂ 'ਤੇ ਲਾਗੂ ਨਾ ਹੋਵੇ। ਹੁਣ ਤੁਸੀਂ ਦੇਖੋ ਵੀ ਉਹਨਾਂ ਨੇ RBI ਸੋ ਕਾਲ ਨੇ ਇਹ ਨੋਮ ਲਾਗੂ ਕਰਤਾ ਹੈ ਕਿ 50,000 ਤੋਂ ਉੱਤੇ ਯੈਸ ਬੈਂਕ 'ਚੋਂ ਕੋਈ ਪੈਸੇ ਨਹੀਂ ਕਢਾ ਸਕਦਾ। ਹੁਣ ਜੇ ਕਿਸੇ ਨੇ 5 ਲੱਖ, 10 ਲੱਖ, 15 ਲੱਖ ਉੱਤੇ ਜਮ੍ਹਾਂ ਕਰਾਇਆ, ਉਹ ਕੀ ਕਰੇਗਾ? ਵਟ ਹੀ ਵਿਲ ਡੂ? ਇੱਦਾਂ ਆਪਾਂ ਇੰਡੀਆ ਦੇ ਵਿੱਚ ਸਿਆਣੇ ਬਜ਼ੁਰਗ ਕਹਿੰਦੇ ਸਨ, ਇੰਡੀਆ ਫੇਲ ਨਹੀਂ ਹੋ ਸਕਦਾ, ਇੱਥੇ ਬੈਂਕ ਫੇਲ ਨਹੀਂ ਹੋ ਸਕਦੇ, ਕਿਉਂਕਿ ਜੇ ਬੈਂਕ ਤੁਹਾਨੂੰ 10 ਲੱਖ ਦਾ ਲੋਨ ਦਿੰਦੇ ਨੇ ਤਾਂ 20 ਲੱਖ ਦੀ ਪ੍ਰੋਪਰਟੀ ਰੱਖਦੇ ਨੇ, ਪਰ ਇੱਥੇ ਚੋਰ ਮੋਰੀਆਂ ਲੱਭ ਲਈਆਂ ਉਹਨਾਂ ਦੀ। ਜੇ ਉਹ 10 ਲੱਖ ਤੁਹਾਡਾ ਰੱਖਦੇ ਨੇ ਅਤੇ ਵਿੱਚੋਂ 1 ਲੱਖ ਰੁਪਏ ਦੀ ਪਹਿਲਾਂ ਸੀ ਜੀ, ਹੁਣ ਕਹਿੰਦੇ 5 ਲੱਖ ਦੀ ਇੰਸ਼ੋਰੈਂਸ ਹੋ ਗਈ, ਬਾਕੀ ਲੈ ਕੇ ਫੁਰ। ਸਹੀ ਗੱਲ ਹੈ ਭਤੀਜ, ਪਰ ਗੱਲ ਤੋਂ ਹੀ ਤੇਰੀ ਜਿਹੜੀ ਗੱਲ ਕੀਤੀ ਹੈ ਵੀ ਸਰਕਾਰੀ ਅਦਾਰਿਆਂ ਨੂੰ ਖੁੱਲ੍ਹਾ ਹੀ ਇੰਨਾ ਛੱਡਿਆ ਵਾ ਕਿ ਲੋਕਾਂ ਦੀ ਉੱਥੇ ਕੋਈ ਪੁੱਛ ਪ੍ਰਤੀਤ ਨਹੀਂ ਆ। ਦੇਖ, ਇੱਕ ਚੰਗੀ ਗੱਲ ਵੀ ਹੈਗੀ, ਜਿੱਦਾਂ ਲਾਈਫ ਇੰਸ਼ੋਰੈਂਸ ਵਾਲੇ ਆ, ਚਾਹੇ ਇਹ ਵੀ ਸੈਮੀ ਗੌਰਮੈਂਟ ਦੇ ਅੰਡਰ ਨੇ, ਅਤੇ ਦੇਖੋ ਜੇ ਉਹ ਚੰਗੀ ਜਾਂ ਗਾਹਕ ਨਾਲ ਚੰਗੀ ਡੀਲ ਕਰਦੇ ਨੇ, ਸਭ ਕੁਝ ਕਰਦੇ ਨੇ, ਤਾਂ ਅੱਜ ਵੀ ਕਿੰਨੀਆਂ ਕੰਪਨੀਆਂ ਆਈਆਂ ਉੱਧਰ, ਉਹ ਫਿਰ ਵੀ ਇੱਕ ਆਪਣੀ ਜਿਹੜੀ ਆ ਇਮੇਜ ਆ ਉਹਨਾਂ ਨੇ ਬਣਾ ਕੇ ਰੱਖੀ ਆ। ਇਹ ਕਿਤੇ ਨਾ ਕਿਤੇ ਤੇਰੀ ਮੈਨੂੰ ਹਾਂ ਗੱਲ ਮੇਰੇ ਦਿਲ ਨੂੰ ਵੱਜੀ ਉਹ ਕਿ ਸਰਕਾਰੀ ਬੈਂਕਾਂ ਦੇ ਵਿੱਚ ਲੋਕਾਂ ਨੂੰ ਦਰਕਾਰਿਆ ਜਾਂਦਾ ਵਾ, ਲੋਕਾਂ ਨਾਲ ਮਿਸਬਿਹੇਵ ਕੀਤੇ ਜਾਂਦੇ ਆ, ਲੋਕਾਂ ਦੇ ਲੋਨ ਜਾਂ ਸਭ ਕੁਝ ਕਰਨ ਨੂੰ ਉਹਨਾਂ ਨੂੰ ਬੜਾ ਮਤਲਬ ਖੱਜਲ ਖੁਆਰ ਕੀਤਾ ਜਾਂਦਾ, ਤਾਂ ਲੋਕ ਆਹ ਪ੍ਰਾਈਵੇਟ ਬੈਂਕਾਂ ਦੇ ਝਾਂਸਿਆਂ 'ਚ ਆ ਜਾਂਦੇ ਆ। ਚਾਚਾ ਜੀ ਤੁਹਾਨੂੰ LIC ਦੀ ਗੱਲ ਦੱਸਾਂ, LIC ਨੂੰ ਤਾਂ ਇਹਨਾਂ ਨੇ ਆਪਣਾ ਰਿਜ਼ਰਵਾਇਰ ਬਣਾਇਆ ਹੋਇਆ ਜੀ, ਜਿਹੜੀ ਫਰਮ ਫੇਲ ਹੋਣ ਲੱਗਦੀ ਆ ਉਹਦੇ ਤੋਂ LIC ਤੋਂ ਪੈਸੇ ਉਹਦੇ 'ਚ ਇਨਵੈਸਟ ਕਰਵਾ ਦਿੰਦੇ ਨੇ, ਪਰ ਕਦ ਤੱਕ? ਜਦੋਂ LIC 'ਚੋਂ ਜਿੰਨਾ ਉਹਦੇ 'ਚ ਖੂਨ ਆ ਉਹ ਤੋਂ ਵੱਧ ਦਾਨ ਕਰਵਾ ਦੇਣਗੇ, ਅਤੇ ਉਹਦੇ 'ਚੋਂ ਕੀ ਬਚੂਗਾ? ਬੇਸਿਕਲੀ ਲੋੜ ਤਾਂ ਇਹ ਹੈ ਕਿ ਇਹ ਬੈਲੈਂਸ ਰੱਖਣ, ਲੈਂਦੇ ਵੇਲੇ ਵੀ ਦਿੰਦੇ ਵੇਲੇ ਵੀ ਬੈਲੈਂਸ ਤਾਂ ਬਣਨਾ ਜੇ ਇਮਾਨਦਾਰੀ ਹੋਵੇ। ਇਮਾਨਦਾਰੀ ਕਿੱਥੋਂ ਆਊ? ਆਸਟ੍ਰੇਲੀਆ, ਕਨੇਡਾ, ਉੱਥੇ ਅਜੇ ਵੀ ਗੋਰਿਆਂ ਦਾ ਰਾਜ ਹੈ ਜੀ। ਤੁਸੀਂ ਸਮਝੋ ਵੀ ਗੋਰਿਆਂ ਦਾ ਰਾਜ ਮੀਨਸ ਉਹਨਾਂ ਦੀ ਮੈਨੇਜਮੈਂਟ, ਉਹਨਾਂ ਦਾ ਡਰ, ਉਹਨਾਂ ਦੇ ਰੂਲ, ਉਹਨਾਂ ਦਾ ਸਿਸਟਮ। ਆਪਾਂ ਕਿੰਨੇ ਸਾਲ ਹੋ ਗਏ ਗੋਰਿਆਂ ਨੂੰ ਇੱਥੋਂ ਭਜਾ ਤਾ, ਹਰ ਸਾਲ ਆਪਾਂ 26 ਜਨਵਰੀ ਨੂੰ ਕਹਿੰਦੇ ਹਾਂ ਸੰਵਿਧਾਨ ਲਾਗੂ ਹੋਇਆ, 15 ਅਗਸਤ ਨੂੰ ਅਸੀਂ ਆਜ਼ਾਦ ਹੋਏ, ਭੰਗੜੇ ਭੁੰਗੜੇ ਪਾ ਲੈਂਦੇ ਹਾਂ, ਲੇਕਿਨ ਅਕਲ ਮਤ ਉਹਨਾਂ ਦੀ ਆਪਾਂ ਅਡੋਪਟ ਨਹੀਂ ਕਰਦੇ, ਇੱਕ ਸਿਸਟਮ ਨਹੀਂ ਬਣਾਉਂਦੇ ਜਿਹਦਾ ਕਰਕੇ ਆਪਾਂ ਹੋਰ ਨਗਾਰ ਵੱਲ ਜਾ ਰਹੇ ਹਾਂ। ਗੱਲ ਭਤੀਜੇ ਆ ਵੀ ਸਰਕਾਰਾਂ ਦੀ ਨਲੈਕੀਆਂ ਕਰਕੇ ਅੱਗੇ ਤਾਂ ਸ਼ਰੇਆਮ ਕੋਈ ਗੁੰਡੇ ਲੁੱਟਦੇ, ਕੋਈ ਲਟੇਰੇ ਲੁੱਟਦੇ, ਅਤੇ ਹੁਣ ਚਿੱਟੀਆਂ ਟਾਈਆਂ ਲਾ ਕਮੀਜ਼ਾਂ ਪਾ ਕੇ ਅਤੇ ਟਾਈਆਂ ਵਾਲੇ ਵੀ ਲੋਕਾਂ ਨੂੰ ਲੁੱਟਣ ਲੱਗ ਪਏ ਨੇ, ਅਤੇ ਇਸ ਹਿਸਾਬ ਦੇ ਨਾਲ ਤਾਂ ਰੱਬ ਹੀ ਰਾਖਾ ਵਾ। ਅੱਗੇ ਜਾਂਦੇ ਹੁੰਦੇ ਵੀ ਜੇ ਕਿਸੇ ਨੇ ਰੱਬ ਵੇਖਣਾ ਹੋਵੇ ਤਾਂ ਭਾਰਤ 'ਚ ਆ ਜਾਵੇ, ਅਤੇ ਹੁਣ ਸਹੀ ਗੱਲ ਹੋ ਗਈ ਆ। ਆਪਾਂ ਤਾਂ ਦੇਖੋ ਲੋਕਾਂ ਦੀ ਸੁੱਖ ਮੰਗਣੀ ਆ, ਅਤੇ ਮਿਸ਼ਨ ਪੰਜਾਬ ਦਾ ਇਹੀ ਮਨੋਰਥ ਆ, ਅਤੇ ਆਪਾਂ ਤਾਂ ਸਰਕਾਰ ਨੂੰ ਇਹੀ ਅਪੀਲ ਕਰਦੇ ਹਾਂ ਭਾਈ ਇਹੋ ਜਿਹੇ ਕੰਮ ਕਰੋ ਜਿਹਦੇ ਨਾਲ ਲੋਕਾਂ ਦੀ ਲੁੱਟ ਨਾ ਹੋਵੇ, ਅਤੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਆ ਘੱਟੋ ਘੱਟ ਉਹ 'ਤੇ ਤਾਂ ਡਾਕੇ ਨਾ ਪੈਣ। ਕੀ ਗੱਲ ਤੇਰਾ? ਚਾਚਾ ਜੀ ਜਦੋਂ ਮੈਂ ਤੁਹਾਡੇ ਕੋਲ ਆਉਣਾ ਤੁਸੀਂ ਨਾ ਕਿਸੇ ਚਿੰਤਾ 'ਚ ਡੁੱਬੇ ਹੁੰਦੇ ਜੀ।
ਤੁਹਾਡੀ ਬੜੀ ਲੰਬੀ ਉਮਰ ਦੀ ਲੋੜ ਆ, ਅਜੇ ਤੁਸੀਂ ਲੋਕ ਭਲਾਈ ਮੰਤਰੀ ਬਣਨਾ ਜਿਹੜਾ ਲੋਕਾਂ ਦਾ ਭਲਾ ਕਰੇ, ਤੇ ਐਵੇਂ ਜ਼ਿਆਦਾ ਫਿਕਰ ਨਾ ਕਰਿਆ ਕਰੋ ਹੁਕਮੇ ਅੰਦਰ, ਸਭ ਕੋ ਬਾਹਰ ਹੁਕਮ ਨਾ ਕੋਏ, ਹੌਲੀ ਹੌਲੀ ਇਹ 'ਚ ਸੁਧਾਰ ਆ ਜਾਣਾ, ਅਤੇ ਸੁਧਾਰ ਦੀ ਆਸ ਆ ਤਾਂ ਉਹ ਤਾਂ ਆਪਾਂ ਇੱਥੇ ਆ, ਨਹੀਂ ਤਾਂ ਆਪਾਂ ਵੀ ਇੱਥੋਂ ਛੱਡ ਕੇ ਇੰਡੀਆ ਉਡਾਰੀ ਭਰ ਜਾਈਏ ਫੁਰ। ਚਲੋ ਹਾਂ ਦਾ ਨਾਰਾ ਮਾਰਨਾ ਆਪਣਾ ਫਰਜ਼ ਆ, ਕਿਉਂਕਿ ਇਹੀ ਸੇਵਾ ਜੇ ਆਪਾਂ ਕੋਈ ਕਰ ਨਹੀਂ ਸਕਦੇ, ਜੋ ਆਪਣੇ ਹੱਥ ਤਾਕਤ ਆ ਉਹ ਤਾਂ ਆਪਾਂ ਵਰਤੀਏ। ਚਲੋ ਫਿਰ ਚੱਲੀਏ ਭਤੀਜ, ਚਲੋ ਜੀ, ਸਤਿ ਸ਼੍ਰੀ ਅਕਾਲ।